السلام علیکم دوستو آفتاب احمد تابی حاضر ہے اور جتھے جتھے بھی آفتاب احمد تابی اور تابی لیکس کے دوست اور فینز اور فالوورز موجود نے سب نے سب واسطے سلام پی دعاواں جناب فاسٹ بولر جڑا ہوندا ہے وہ کسی بھی ملک دی ٹیم دا سب تو تگڑا ہتھیار ہوندا ہے اور سب تو خطرناک اد کولوں نتائج دا ہمیشہ توقع کیتی جاندی ہے ہن ٹیسٹ چیمپئن شپ وچ ਬੜਾ ਕਾਂਟੇਦਾਰ ਮੁਕਾਬਲਾ ਜਿਹੜਾ ਹੈ ਉਹ ਵੇਖਣ 'ਚ ਆ ਰਿਹਾ ਔਰ ਇਹਦੇ ਵਾਸਤੇ ਤਿੰਨ ਨਾਮ ਤੇ ਬਹੁਤ ਹੀ ਅੱਗੇ ਜਾ ਰਹੇ ਨੇ ਜੀ ਔਰ ਭਾਰਤੀ ਫਾਸਟ ਬੋਲਰ ਬਮਰਾ ਜੀ ਵਨ ਆਫ ਦਾ ਫੇਵਰੇਟ ਬੋਲਰ ਆਫ ਮੀ ਉਹ ਜਿਹੜੇ ਨੇ ਨੰਬਰ ਵਨ ਨੇ ਔਰ ਉਹਨਾਂ ਦੇ ਪਿੱਛੇ ਪਿੱਛੇ ਪਾਕਿਸਤਾਨ ਦੇ ਖਤਰਨਾਕ ਤਰੀਨ ਬੋਲਰ ਸ਼ਾਹੀਨ ਸ਼ਾਹ ਅਫਰੀਦੀ ਨੇ ਬਮਰਾ ਜੀ ਨੇ ਟੈਸਟ ਚੈਂਪੀਅਨਸ਼ਿਪ ਵਿੱਚ 40 ਵਿਕਟਾਂ ਲਈਆਂ ਨੇ ਜਦਕਿ ਸ਼ਾਹੀਨ ਸ਼ਾਹ ਅਫਰੀਦੀ ਜਿਹੜੇ ਕਿ ਜਿਨ੍ਹਾਂ ਦੇ ਬਾਰੇ 'ਚ ਮਸ਼ਹੂਰ ਹੈ ਕਿ ਉਹ ਪਹਿਲੇ ਓਵਰ 'ਚ ਵਿਕਟ ਲੈਣ ਦੇ ਆਦੀ ਹੋ ਚੁੱਕੇ ਨੇ ਉਹ 37 ਵਿਕਟਾਂ ਨਾਲ ਦੂਸਰੇ ਨੰਬਰ 'ਤੇ ਨੇ ਜਦਕਿ ਤੀਸਰੇ ਨੰਬਰ 'ਤੇ ਖਤਰਨਾਕ ਤਰੀਨ ਬੋਲਰ ਆਸਟ੍ਰੇਲਵੀ ਬੋਲਰ ਜਿਹੜੇ ਨੇ ਪੈਟ ਕਮਿੰਸ ਨੇ ਔਰ ਇਹ ਜਿਹੜਾ ਮੁਕਾਬਲਾ ਹੈ ਇਹ ਬਹੁਤ ਜਲਦ ਦੁਬਾਰਾ ਤੋਂ ਵੇਖਣ ਤੋਂ ਆਏਗਾ ਜਿਸ ਤਰ੍ਹਾਂ ਹੀ ਸੀਜ਼ਨ ਸ਼ੁਰੂ ਹੋਏਗਾ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਖਿਲਾੜੀ ਜਿਹੜੇ ਨੇ ਜ਼ਿਆਦਾਤਰ ਪਾਕਿਸਤਾਨੀ ਖਿਲਾੜੀ ਜਿਹੜੇ ਨੇ ਉਹ ਕਾਉਂਟੀ 'ਚ ਨੇ ਔਰ ਕਾਉਂਟੀ ਵਿੱਚ ਪਾਕਿਸਤਾਨੀ ਬੋਲਰਸ ਨੇ ਆਪਣਾ ਸਿੱਕਾ ਜਮਾ ਕੇ ਰੱਖ ਦਿੱਤਾ ਔਰ ਹਰਸ ਰੋਫ ਨੇ ਪਹਿਲੇ ਹੀ ਮੈਚ ਵਿੱਚ 6 ਵਿਕਟਾਂ ਲਈਆਂ ਨੇ ਪਰ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਵੇ ਟੈਸਟ ਚੈਂਪੀਅਨ 'ਚ ਨੰਬਰ 1 ਕੌਣ ਹੋਏਗਾ ਇਹਦੇ ਵਾਸਤੇ ਸਭ ਤੋਂ ਪਹਿਲਾਂ ਇਹ ਵੀ ਵੇਖਣਾ ਹੋਏਗਾ ਕਿ ਕਿਸ ਮੁਲਕ ਨੂੰ ਕਿੰਨੇ ਟੈਸਟ ਮਿਲਦੇ ਨੇ ਕਿਉਂਕਿ ਪਾਕਿਸਤਾਨ ਬਦਕਿਸਮਤੀ ਨਾਲ ਉਹਨਾਂ ਮਮਾਲਿਕ ਸ਼ਾਮਿਲ ਹੈ ਜਿਹਨਾਂ ਨੂੰ ਘੱਟ ਤੋਂ ਘੱਟ ਟੈਸਟ ਮਿਲਦੇ ਨੇ ਜ਼ਿਆਦਾ ਤੋਂ ਜ਼ਿਆਦਾ 3 ਮਿਲਦੇ ਨੇ ਅਦਰਵਾਈਜ਼ ਅਸਾਂ ਪਿਛਲੇ 7-8-10 ਸਾਲ 'ਚ ਵੇਖਿਆ ਕਿ ਪਾਕਿਸਤਾਨ ਨੂੰ 2 ਟੈਸਟ ਮਿਲਦੇ ਨੇ ਵਾਇਲ ਦੂਸਰੇ ਮਮਾਲਕ ਜਿਹੜੇ ਨੇ ਉਹ 5-5 ਟੈਸਟ ਮੈਚ ਖੇਡਦੇ ਨੇ ਔਰ ਯਕੀਨਨ ਜਿਹੜਾ ਜ਼ਿਆਦਾ ਟੈਸਟ ਖੇਡੇਗਾ ਉਹ ਉਹਨਾਂ ਦਾ ਫਾਸਟ ਬੋਲਰ ਚਾਹੇ ਬਮਰਾ ਜੀ ਹੋਣ ਚਾਹੇ ਪੈਟ ਕਮਿੰਸ ਹੋਣ ਉਹ ਜ਼ਿਆਦਾ ਵਿਕਟਾਂ ਲੈਣਗੇ ਮਗਰ ਪਾਕਿਸਤਾਨ ਦੇ ਸ਼ਾਹੀਨ ਸ਼ਾਹ ਅਫਰੀਦੀ ਜਿਹੜੇ ਨੇ ਇਤਨੇ ਘੱਟ ਟੈਸਟ ਮਿਲਣ ਦੇ ਬਾਵਜੂਦ ਵੀ ਦੂਸਰੇ ਨੰਬਰ 'ਤੇ ਨੇ 37 ਵਿਕਟਾਂ ਦੇ ਨਾਲ ਔਰ ਹੁਣ ਟੈਸਟ ਚੈਂਪੀਅਨਸ਼ਿਪ ਜਿਹੜੀ ਹੈ ਜੀ ਤੁਹਾਨੂੰ ਪਤਾ ਜਿਸ ਤਰ੍ਹਾਂ ਹੀ ਸੀਜ਼ਨ ਸ਼ੁਰੂ ਹੋਏਗਾ ਉਦੋਂ ਸ਼ੁਰੂ ਹੋਏਗੀ ਔਰ ਪਾਕਿਸਤਾਨ ਕ੍ਰਿਕਟ ਬੋਰਡ ਵੀ ਇਹ ਐਲਾਨ ਕਰ ਚੁੱਕਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਹੈ ਉਹ ਤਕਰੀਬਨ 12 ਮਹੀਨੇ ਮਸਰੂਫ ਰਹੇਗੀ ਔਰ ਕਿਸੇ ਨਾ ਕਿਸੇ ਸੀਰੀਜ਼ ਦਾ ਇਨਕਾਦ ਹੁੰਦਾ ਰਹੇਗਾ ਵੈਸਟ ਇੰਡੀਜ਼ ਦੀ ਵੀ ਪਾਕਿਸਤਾਨ ਆਮਦ ਮੁਤਵਕੋ ਹੈ ਮਗਰ ਗੱਲ ਮੈਂ ਉੱਥੇ ਆ ਕੇ ਮੁੱਕੇਗੀ ਕਿ ਭਾਰਤ ਨੂੰ ਕਿੰਨੇ ਟੈਸਟ ਮਿਲਦੇ ਨੇ ਆਸਟ੍ਰੇਲੀਆ ਨੂੰ ਕਿੰਨੇ ਟੈਸਟ ਮਿਲਦੇ ਨੇ ਔਰ ਪਾਕਿਸਤਾਨ ਨੂੰ ਕਿਸ ਤਰ੍ਹਾਂ ਕਿੰਨੇ ਟੈਸਟ ਮਿਲਦੇ ਨੇ ਤਾਂ ਜਾ ਕੇ ਫੈਸਲਾ ਹੋਏਗਾ ਕਿ ਟੈਸਟ ਚੈਂਪੀਅਨਸ਼ਿਪ ਦਾ ਨੰਬਰ 1 ਬੋਲਰ ਕੌਣ ਬਣਦਾ ਹੈ ਬਹਰਹਾਲ ਹੁਣ ਤੱਕ ਬਮਰਾ ਜੀ 40 ਵਿਕਟਾਂ ਨਾਲ ਪਹਿਲੇ ਨੰਬਰ 'ਤੇ ਨੇ ਔਰ ਪਾਕਿਸਤਾਨ ਦੇ ਸ਼ਾਹੀਨ ਸ਼ਾਹ ਅਫਰੀਦੀ 37 ਵਿਕਟਾਂ ਨਾਲ ਦੂਸਰੇ ਨੰਬਰ 'ਤੇ ਨੇ ਜਦਕਿ ਖਤਰਨਾਕ ਤਰੀਨ ਬੋਲਰ ਆਸਟ੍ਰੇਲੀਅਨ ਫਾਸਟ ਬੋਲਰ ਪੈਟ ਕਮਿੰਸ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਦੀ 1.5 ਵਿਕਟਾਂ ਉੱਤੇ ਬਹੁਤ ਹੀ ਉਮਦਾ ਬੋਲਿੰਗ ਕੀਤੀ ਪੈਟ ਕਮਿੰਸ ਉਹ 33 ਵਿਕਟਾਂ ਨਾਲ ਤੀਸਰੇ ਨੰਬਰ 'ਤੇ ਨੇ ਹੁਣ ਤੁਸੀਂ ਦੱਸੋ ਕਿ ਇਹ ਜਿਹੜੀ ਜਦੋਂ ਮੁਕਾਬਲਾ ਖਤਮ ਹੋਏਗਾ ਤੇ ਪਹਿਲੇ ਨੰਬਰ 'ਤੇ ਕੌਣ ਹੋਏਗਾ ਬਮਰਾ ਜੀ ਸ਼ਾਹੀਨ ਸ਼ਾਹ ਅਫਰੀਦੀ ਜਾਂ ਫਿਰ ਪੈਟ ਕਮਿੰਸ ਔਰ ਤੁਹਾਨੂੰ ਦੁਬਾਰਾ ਤੋਂ ਕਹਾਂਗਾ ਕਿ ਆਪਣੇ ਚੈਨਲ 'ਤੇ ਵਾਪਸ ਆ ਜਾਓ ਔਰ ਅਗਰ ਤੁਸੀਂ ਮੇਰਾ ਚੈਨਲ ਪਹਿਲੀ ਦਫ਼ਾ ਦੇਖ ਰਹੇ ਹੋ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਨਾਲ ਬੈਲ ਆਈਕੋਨ ਨੂੰ ਵੀ ਟੱਚ ਕਰ ਲਓ ਤਾਂ ਕਿ ਮੈਂ ਤੁਹਾਨੂੰ ਅਪਡੇਟ ਕਰਦਾ ਰਹਾਂਗਾ ਚਾਹੇ ਵਿਊਰਸ ਆਉਣ ਨਾ ਆਉਣ ਤਾਂ ਵੀ ਆਪਣਾ ਸਿਲਸਿਲਾ ਜਾਰੀ ਰੱਖੇਗਾ ਆਫਤਾਬ ਮਤਾਬੀ ਨੂੰ ਦਿਓ ਇਜਾਜ਼ਤ ਅੱਲਾ ਦੇ ਹਵਾਲੇ